ਪਰਸਨਲ ਅਟੈਕ ਵੀ ਕੀਤੇ ਜਾ ਰਹੇ ਕਿਤੇ ਨਾ ਕਿਤੇ। ਇੱਕ ਤੁਹਾਡੀ ਦੇਖੋ ਮੈਂ ਨਹੀਂ ਬਿਲਕੁਲ ਗੱਡੀ ਦਾ ਜ਼ਿਕਰ ਕੀਤਾ ਜਾਂਦਾ। ਇਹ ਨਵਜੋਤ ਸਿੰਘ ਸਿੱਧੂ ਡੀਟੀਓ ਲੱਗਿਆ ਸੀ ਉਹਦੇ ਮੇਰੇ ਕੋਲ ਕਿਹੜੀ ਗੱਡੀ ਸੀ ਨਹੀਂ ਸੀ। ਇਹ ਨਵਜੋਤ ਸਿੰਘ ਸਿੱਧੂ ਡੀਟੀਓ ਲੱਗਿਆ ਸੀ ਉਹਦੇ ਮੇਰੇ ਕੋਲ ਕਿਹੜੀ ਗੱਡੀ ਸੀ ਨਹੀਂ ਸੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਮੈਂ ਬੜੇ ਦਿਨ ਦੀ ਹਰੀ ਕਾਲਜ ਦੀ ਗੱਲ ਸੁਣ ਰਿਹਾ। ਇਹ ਉਹਦੇ ਟਾਇਰ ਝਾਬਾ ਭਰਦਾ ਰਿਹਾ ਜਿਹੜਾ, ਇਹਨੂੰ ਪਤਾ ਹਰੀ ਸੀ ਕਿ ਨੀਲੀ ਸੀ? ਹੈ ਬਿਲਕੁਲ ਜੀ ਬਿਲਕੁਲ, ਉਹ ਅਹੰਕਾਰੀ ਬੰਦੇ ਆ। ਹੈ ਬਿਲਕੁਲ ਜੀ ਬਿਲਕੁਲ, ਉਹ ਅਹੰਕਾਰੀ ਬੰਦੇ ਆ। ਵਿਕਰਮ ਜੀ, ਨਵਜੋਤ ਸਿੰਘ ਸਿੱਧੂ ਵੱਲੋਂ ਜੋ ਸ਼ਬਦਾਵਲੀ ਯੂਜ਼ ਕੀਤੀ ਜਾ ਰਹੀ ਆ ਬਾਪੂ ਜੀ ਨੂੰ, ਆਪਦੇ ਨੂੰ, ਸਿੱਧੂ ਸਾਹਿਬ ਨੂੰ ਕੋਈ ਸਮੱਕਲ ਦੇਣ। ਵਿਕਰਮ ਜੀ, ਨਵਜੋਤ ਸਿੰਘ ਸਿੱਧੂ ਵੱਲੋਂ ਜੋ ਸ਼ਬਦਾਵਲੀ ਯੂਜ਼ ਕੀਤੀ ਜਾ ਰਹੀ ਆ ਰਾਜਨੀਤੀ ਉਹ ਕਰਦੇ ਆ, ਨੀਂਦ ਆਉਂਦੀ ਆ ਬੰਦੇ ਤੇ, ਮਾਨਸਿਕ ਸੰਤੁਲਨ ਵਿਗੜ ਸਕਦਾ। ਪਰਮਾਤਮਾ ਉਹਨਾਂ ਨੂੰ ਵੀ ਸਮਤ ਬਖਸ਼ਣ। ਅਸੀਂ ਤਾਂ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਐਡੇ ਮੰਤਰੀ ਬਣ ਗਏ ਹੋ ਤੁਸੀਂ, ਕੋਈ ਵਧੀਆ ਤਰੀਕੇ ਨਾਲ ਲੋਕਾਂ ਨਾਲ ਤਾਂ ਵਧੀਆ ਤਰੀਕੇ ਨਾਲ ਬੋਲਣ ਨਾ। ਐਡੀ ਕੜੱਤਨ ਇਹੋ ਜਿਹੇ ਅਲਫਾਜ ਵਰਤੇ ਨਾਲ ਕਿਸੇ ਦਾ ਕੱਦ ਉਹਨਾਂ ਦਾ ਤਾਂ ਨਹੀਂ ਉੱਚਾ ਹੋ ਜਾਣਾ। ਰੱਬ ਉਹਨਾਂ ਨੂੰ ਹੌਸਲਾ, ਠਰੰਮਾ, ਪਿਆਰ, ਗਰੀਬਾਂ ਦਾ ਦਰਦ, ਗਰੀਬਾਂ ਨਾਲ ਇਨਸਾਫ। ਮੈਂ ਤਾਂ ਇਹੀ ਕਹੂੰਗਾ ਕਿ ਉਹ ਸੋਚ ਘਟੀਆ ਸੀ ਜਦੋਂ ਬੀਬੀ ਜੀ ਦੇ ਸਾਹਮਣੇ ਐਡਾ ਵੱਡਾ ਹਾਦਸਾ ਵਾਪਰਿਆ, ਉਹਨਾਂ ਦੀ ਅਣਗਹਿਲੀ ਕਰਕੇ ਉੱਥੋਂ ਭੱਜ ਗਏ। ਇੱਕ ਪਾਸੇ ਤੁਸੀਂ ਕਹਿੰਦੇ ਮੇਰਾ ਪਰਿਵਾਰ, ਫਿਰ ਪਰਿਵਾਰ ਨੂੰ ਕੋਈ ਛੱਡ ਕੇ ਭੱਜਦਾ ਔਖੇ ਵੇਲੇ? ਨਹੀਂ, ਉੱਥੇ ਖਲੋਂਦੇ। ਅਤੇ ਜੇ ਅਸੀਂ ਉਸ ਉਹਨਾਂ ਦੇ ਇਨਸਾਫ ਦੀ ਗੱਲ ਕਰਤੀ ਤਾਂ ਇਹਨਾਂ ਦੇ ਢਿੱਡ ਪੀੜ ਹੋਣ ਲੱਗ ਪਈ। ਇਸ ਤਰ੍ਹਾਂ ਜਿਵੇਂ ਬੌਂਦਲੇ ਵਾਂਗੂ ਰੌਲਾ ਪਾਈ ਫਿਰਦੇ ਆ। ਕਹਿਣ ਨੂੰ ਤਾਂ ਮੈਂ ਵੀ ਬਹੁਤ ਕੁਛ ਕਹਿ ਸਕਦਾ, ਮਗਰ ਮੈਂ ਫਿਰ ਅੱਜ ਰੱਬ ਅੱਗੇ ਅਰਦਾਸ ਕਰੂੰ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਨਾ ਸ਼ਾਂਤੀ ਮਿਲੇ, ਇਹ ਪਿਆਰ ਨਾਲ ਗੱਲ ਕਰਨੀ ਸਿੱਖਣ। ਪਰਿਵਾਰ 'ਚ ਵੀ ਮੈਂ ਤਾਂ ਬੇਨਤੀ ਕਰੂੰਗਾ ਇਹਨਾਂ ਦੇ ਬੱਚਿਆਂ ਨੂੰ ਕਿ ਇਹਨਾਂ ਨੂੰ ਬਾਪੂ ਜੀ ਨੂੰ, ਆਪਦੇ ਨੂੰ, ਸਿੱਧੂ ਸਾਹਿਬ ਨੂੰ ਕੋਈ ਸਮੱਕਲ ਦੇਣ। ਮੁਆਵਜ਼ਾ ਨਹੀਂ ਕਹਿੰਦੇ ਦੇਣਾ, 1 ਕਰੋੜ ਰੁਪਈਆ ਤੁਸੀਂ ਦਿੱਤਾ ਸੀ ਮੋਗੇ ਤੇ ਜਦੋਂ ਐਕਸੀਡੈਂਟ ਹੋਇਆ, ਰੇਲ ਐਕਸੀਡੈਂਟ, ਉਦੋਂ 1 ਕਰੋੜ ਰੁਪਈਆ ਦਿੱਤਾ ਸੀ। ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ, ਇਹਨਾਂ ਨੇ ਅੱਜ ਮੈਂ ਵੇਖ ਰਿਹਾ ਸੀਗਾ, ਜ਼ਿਕਰ ਕੀਤਾ ਸੀ, ਇਹਨਾਂ ਦੇ ਫੈਕਟਸ ਰੋਂਗ ਨੇ। ਬਾਦਲ ਉਦੋਂ ਜਦੋਂ ਇਹਨਾਂ ਨੇ ਸਿਆਸੀਕਰਨ ਕੀਤਾ ਸੀ ਕਿ ਐਕਸੀਡੈਂਟ ਦਾ ਮੋਗੇ 'ਚ, ਉਦੋਂ 25 ਲੱਖ ਰੁਪਈਆ ਪਰਿਵਾਰ ਨੂੰ ਉਦੋਂ ਟਰਾਂਸਪੋਰਟ ਕੰਪਨੀ ਨੇ ਦਿੱਤਾ ਸੀ। ਸਿਆਸੀਕਰਨ ਇਹਨਾਂ ਨੇ ਉਦੋਂ ਕੀਤਾ ਸੀ ਬਹੁਤ। ਅੱਜ ਅਸੀਂ ਸਿਆਸੀਕਰਨ ਨਹੀਂ ਕਰ ਰਹੇ, ਅਸੀਂ ਤਾਂ ਸਿੰਪਲ ਇੱਕ ਬੇਨਤੀ ਕਰ ਰਹੇ ਹਾਂ ਕਿ ਤੁਹਾਡੀ ਹੁਣੇ ਮਹੀਨਾ ਪਹਿਲਾਂ 1 ਕਰੋੜ ਰੁਪਈਆ ਦਿੱਤਾ ਪੰਜਾਬ 'ਚ ਮਦਦ ਦੇ ਮੁਆਵਜ਼ੇ ਦੇ ਤੌਰ 'ਤੇ। ਮਦਦ ਜਦੋਂ ਇਹ ਹਾਦਸਾ ਉੱਥੇ ਵਾਪਰਿਆ, ਅਸੀਂ ਨੌਕਰੀਆਂ ਵੀ ਦਿੱਤੀਆਂ, 10-10 ਲੱਖ ਰੁਪਈਆ ਦਿੱਤਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤਾ। ਮੈਨੂੰ ਜੋ ਪੂਰਾ ਅੰਦਾਜ਼ਾ ਲੱਗਦਾ ਕੋਈ 20 ਲੱਖ ਅਤੇ ਇੱਕ ਨੌਕਰੀ ਤਾਂ ਉਹੀ ਚੱਲ ਰਹੀ ਆ ਜਿਹੜੇ ਉਹ ਦੋ ਪਰਿਵਾਰ ਸਨ, ਮਗਰ ਇਹਨਾਂ ਨੇ ਉਹਦੇ 'ਚ ਰਾਜਨੀਤੀ ਕਰਨੀ ਸੀ, ਇਹਨਾਂ ਨੇ ਕਰੋੜ ਕਰਤਾ। ਮੈਂ ਅੱਜ ਵੀ ਇਹ ਬੇਨਤੀ ਕਰਦਾ ਕਿ ਪੈਮਾਨਾ ਤੁਸੀਂ ਸੈੱਟ ਕੀਤਾ ਸੀ, ਰਾਜਨੀਤੀ ਕਰਨ ਨਹੀਂ ਕਹਿ ਰਹੇ ਕੋਈ ਪੰਜਾਬੀ ਆ। ਦੇਖੋ ਗਰੀਬ ਬੰਦੇ ਨੇ, ਜੇ ਕਿਸੇ ਗਰੀਬ ਦੀ ਹੱਥ ਫੜਨਗੇ ਤੇ ਦੁਆ ਗਰੀਬ ਤਾਂ ਇਹਨਾਂ ਨੂੰ ਹੀ ਦਊਗਾ। ਅਸੀਂ ਤਾਂ ਇਹਨਾਂ ਨੂੰ ਆਪਦੇ ਫਰਜ਼ ਦੀ, ਇਹਨਾਂ ਦੇ ਫਰਜ਼ ਯਾਦ ਕਰਾ ਰਹੇ ਹਾਂ ਕਿ ਇੱਕ ਜ਼ਿੰਮੇਵਾਰ, ਅੱਜ 10ਵਾਂ 11ਵਾਂ ਦਿਨ ਚੜ ਗਿਆ, ਕੋਈ ਜ਼ਿੰਮੇਵਾਰ ਹੈ ਕਿ ਨਹੀਂ ਹੈ? ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਮੌਕੇ 'ਤੇ ਭੱਜੇ, ਫਰਾਰ ਹੋਏ, ਦਰਦ ਨਹੀਂ ਸਮਝਿਆ ਤੁਸੀਂ? ਇੱਕ ਜੇ ਤੁਹਾਡੇ ਪਰਿਵਾਰ ਦੇ ਕਿਸੇ, ਰੱਬ ਨਾ ਕਰੇ ਕਿਸੇ ਨਾਲ ਹਾਦਸਾ ਹੁੰਦਾ ਤਾਂ ਬੰਦਾ ਲੋੜਵੰਦ ਦੀ ਮਦਦ ਕਰਦਾ, ਇਹ ਪੁੱਠੇ ਪਾਸੇ ਭੱਜਣਾ? ਅਤੇ ਫਿਰ ਇੱਕ ਲਾਸਟ ਮੇਰੀ ਬੇਨਤੀ ਜੀ, ਮਦਦ ਕਰਨ ਦੀ ਜਗ੍ਹਾ ਤੁਸੀਂ ਕਹਿੰਦੇ ਹੋ ਕਿ ਤੁਸੀਂ 5 ਲੱਖ ਨਾਲ ਕਿਸੇ ਉਹਨਾਂ ਦੇ ਨਿਆਣੇ ਮੁੜੇ ਆਉਣੇ ਆ, ਨਹੀਂ
ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੇ ਪਰਮਾਨੈਂਟਲੀ ਡਿਸੇਬਲਡ ਹੋ ਗਏ ਉਹਨਾਂ ਦੀ ਨੌਕਰੀ ਦੀ ਗੱਲ ਕਰੋ, ਉਹਨਾਂ ਨੂੰ ਵੱਡੇ ਮੁਆਵਜ਼ੇ ਦੀ ਗੱਲ ਕਰੋ, ਕਿਉਂਕਿ ਤਾਂ ਉਮਰ ਸਾਰੀ ਉਮਰ ਪਈ ਆ ਸਾਹਮਣੇ, ਕੰਮ ਤਾਂ ਕਰਨ ਜੋਗੇ ਨਹੀਂ ਰਹੇ ਮਾਮਲੇ 'ਚ। ਪਰਸਨਲ ਅਟੈਕ ਵੀ ਕੀਤੇ ਜਾ ਰਹੇ ਕਿਤੇ ਨਾ ਕਿਤੇ, ਦੇਖੋ ਮੈਂ ਨਹੀਂ ਬਿਲਕੁਲ ਗੱਡੀ ਦਾ ਜ਼ਿਕਰ ਕੀਤਾ ਜਾਂਦਾ ਵਾਰ ਵਾਰ, ਇੱਕੋ ਗੱਲ ਦੇਖੋ ਇਹ DTO ਲੱਗਿਆ, ਇਹ ਨਵਜੋਤ ਸਿੰਘ ਸਿੱਧੂ DTO ਲੱਗਿਆ ਸੀ, ਉਹਦੇ ਮੇਰੇ ਕੋਲ ਕਿਹੜੀ ਗੱਡੀ ਸੀ, ਨਹੀਂ ਸੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਮੈਂ ਬੜੇ ਦਿਨ ਦੀ ਹਰੀ ਕਾਲਜ ਦੀ ਗੱਲ ਸੁਣ ਰਿਹਾ, ਇਹ ਉਹਦੇ ਟਾਇਰ 'ਚ ਹਵਾ ਭਰਦਾ ਰਿਹਾ ਜਿਹੜਾ, ਇਹਨੂੰ ਪਤਾ ਹਰੀ ਸੀ ਕਿ ਨੀਲੀ ਸੀ। ਮੈਂ ਅੱਜ ਵੀ ਬੇਨਤੀ ਕਰਦਾ ਰੱਬ ਦੀ ਮਿਹਰ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਮੇਰੇ ਪਰਿਵਾਰ ਕੋਲ ਰੱਬ ਨੇ ਕਿਹੜੀ ਗੱਡੀ ਸੀ ਨਹੀਂ ਸੀ, ਇਹ ਮੈਂ ਇਸ ਗੱਲ 'ਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਇਹ ਛੋਟਾਪਨ ਹੈ, ਹੋਸ਼ਾਪਨ ਹੈ। ਮਗਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ, ਉਮਰ ਵੀ ਸਿਆਣੀ ਹੈ ਅਤੇ ਗੱਲਾਂ ਵੀ ਸਿਆਣੀ ਕਰਨ, ਅਹੁਦੇ ਵੀ ਸਿਆਣੇ 'ਤੇ ਬੈਠੇ ਆ, ਘੁਆਕ ਲਾਲੀ ਗੱਲ ਕਰਨ, ਅਤੇ ਥੋੜ੍ਹੀ ਜਿਹੜੀ ਵੱਧ ਜ਼ਬਾਨੀ ਹਰੇਕ ਨਾਲ ਵਰਤਦੇ ਆ ਨਾ ਪਰਮਾਤਮਾ, ਇਹਨਾਂ ਨੂੰ ਨਹੀਂ ਮੈਂ ਸਮਝਦਾ, ਇਹ ਨਹੀਂ ਠੀਕ ਹੋ ਸਕਦੇ। ਰੱਬ ਕੋਈ ਇਹਨਾਂ ਨੂੰ ਸਮਤ ਬਖਸ਼ੇ, ਕੋਈ ਵਧੀਆ ਲਫ਼ਜ਼ ਤੁਹਾਡੇ ਲਈ ਵੀ ਵਰਤਣ, ਸਾਡੇ ਲਈ ਵੀ ਵਰ, ਵਿਰੋਧੀ ਆ ਠੀਕ ਆ, ਵਿਰੋਧ ਨੇ ਵਿਰੋਧੀ ਦਾ ਵਿਰੋਧੀ ਧਿਰ ਦਾ ਆਪਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਮਗਰ ਤੁਸੀਂ ਗੱਲ ਤਾਂ ਚੰਗੀ ਤਰ੍ਹਾਂ ਵੀ ਕਰ ਸਕਦੇ ਹੋ, ਅਤੇ ਗੁਰੂ ਇਹਨਾਂ ਨੂੰ ਸਮਤ ਬਖਸ਼ਣ, ਅਕਲ ਬਖਸ਼ਣ, ਨਹੀਂ ਤਾਂ ਸਮਾਂ ਆਉਣ 'ਤੇ ਫਿਰ ਲੋਕਾਂ ਨੇ ਬਖਸ਼ੀ ਦੇਣੀ। ਇੱਕ ਮੈਂ ਗੱਲ ਦੱਸਾਂ ਜੀ, ਦੇਖੋ ਫਿਰ ਮੈਂ ਕੁਛ ਕਹੂੰਗਾ, ਇਹ ਅੱਜ ਸਮਾਂ ਨਹੀਂ ਇਹ ਗੱਲਾਂ ਕਹਿਣ ਦਾ, ਮਗਰ ਇਹ ਬਹੁਤ ਕੁਛ ਕਹਿੰਦੇ ਆ। ਇਹ ਮਜੀਠੀਏ ਨੂੰ ਕਹਿੰਦੇ ਸੀ ਮੇਰਾ ਛੋਟਾ ਵੀਰ ਕਹਿੰਦੇ ਸੀ ਨਾ, ਅਤੇ ਅੱਜ ਛੋਟਾ ਵੀਰ ਇਹਨਾਂ ਨੂੰ ਵੀਰ ਨਹੀਂ ਦਿਸਦਾ। ਇਹ ਕਹਿੰਦੇ ਸੀ ਆਂਧੀਓ ਮੇਂ ਜੋ ਜੀਆ ਜਲਤਾ ਹੁਆ ਮਿਲ ਜਾਏਗਾ, ਉਸ ਦੀਏ ਕੋ ਪੁੱਛਣਾ ਮੇਰਾ ਪਤਾ ਮਿਲ ਜਾਏਗਾ, ਅਤੇ ਉਹ ਪਤਾ ਸਾਨੂੰ ਦੱਸਦਾ ਸੀ ਸਰਦਾਰ ਵੀਰ ਸਿੰਘ ਲੋਪੋ ਕੇ ਨੂੰ, ਤੂੰ ਮਜੀਠੀਆ ਨੇ ਜਿਹਦਾ ਇਹਦਾ ਪਤਾ ਦੱਸਦਾ, ਨਹੀਂ ਤਾਂ ਪਤਾ ਤਾਂ ਰੁੜ ਚੱਲਿਆ ਸੀਗਾ ਉਦੋਂ MP ਦੀ ਇਲੈਕਸ਼ਨ 'ਚ, ਸੋਨੀ ਤਾਂ ਚੜ੍ਹ ਗਿਆ ਸੀ ਇਹਦੇ ਉੱਤੇ, ਜੇ ਬਚਾਇਆ ਸੀ ਤਾਂ ਅਸੀਂ ਬਚਾਇਆ ਸੀ। ਆਹ ਰਣੀਕੇ ਸਾਹਿਬ ਖਲੋਤੇ ਆ, ਮਜੀਠਾ ਹਲਕਾ ਹੋ ਗਿਆ, ਲੋਪੋ ਕੇ ਸਾਹਿਬ ਦਾ ਰਾਜਾ ਸੰਸੀ ਹਲਕਾ ਹੋ ਗਿਆ, ਉਦੋਂ ਸਾਡੇ ਲਈ ਇਹ ਸ਼ਬਦ ਸਨ। ਮਗਰ ਚਲੋ ਸਿਆਸਤ 'ਚ ਕਦੇ ਉਤਰਾਅ ਚੜਾਅ ਹੈ, ਬਿਲਕੁਲ ਜੀ ਬਿਲਕੁਲ, ਉਹ ਹੰਕਾਰੀ ਬੰਦੇ ਆ, ਮੈਂ ਨਹੀਂ ਉਹਨਾਂ ਦਾ ਮੁਕਾਬਲਾ ਇਸ ਹੰਕਾਰ 'ਚ ਕਰਨਾ ਚਾਹੁੰਦਾ, ਨਾ ਮੈਂ ਉਹੋ ਜਿਹੇ ਲਫ਼ਜ਼ ਉਹਨਾਂ ਵਰਗੇ ਵਰਤਣਾ ਚਾਹੁੰਦਾ, ਮੈਨੂੰ ਉਹੋ ਜਿਹੇ ਹੰਕਾਰ ਦੀ ਲੋੜ ਵੀ ਨਹੀਂ। ਰੱਬ ਮੈਨੂੰ ਸਮਤ ਬਖਸ਼ੇ ਅਤੇ ਰੱਬ ਹੋਰ ਇਹਨਾਂ ਨੂੰ ਵੀ ਅਕਲ ਬਖਸ਼ੇ, ਪਤਾ ਨਹੀਂ ਹੁਣ ਇਹ ਰੱਬ ਨੂੰ ਵੀ, ਕਿਉਂਕਿ ਮੰਨਦੇ ਨਹੀਂ ਮੰਨਦੇ ਤਾਂ ਮੈਂ ਨਹੀਂ ਕਹਿ ਸਕਦਾ, ਕਿਉਂਕਿ ਇਹਨਾਂ ਨੇ ਆਪਦੇ ਘਰੇ ਦੱਸੇ ਕਿਹੜੇ ਇਹਨਾਂ ਦੇ ਘਰ ਰਹਿੰਦੇ ਆ, ਉਹ ਸਾਬੀ ਸਵਾਲੇ ਵਾਲਾ, ਆ ਸਾਬੀ ਸਵਾਲੇ ਵਾਲਾ, ਅਤੇ ਇੱਕ ਉਹ ਕਿਹੜਾ ਕਿਹੜਾ ਦੂਜੇ ਦਾ ਅੰਜਸਬੀਰ ਅਨਗੜ, ਉਹ ਜੇ ਰੱਬ ਇਹਨਾਂ ਨੂੰ ਮੁਬਾਰਕ। ਇਹਨੇ ਕਿਹਾ ਸੀ ਕਿ ਪੀੜਤ ਪਰਿਵਾਰਾਂ ਦੇ ਬੱਚੇ ਮੈਂ ਗੋਦ ਲਊਂਗਾ, 10 ਦਿਨ ਹੋ ਗਏ ਇਹੋ ਜਿਹੀ ਕੋਈ ਫਾਰਮੈਲਿਟੀ ਕੰਪਲੀਟ ਨਹੀਂ ਕੀਤੀ ਗਈ ਅਜੇ ਤੱਕ। ਇਹ ਤਾਂ ਬਹੁਤ ਕੁਝ ਕਹਿੰਦੇ ਜੀ ਇਹਨਾਂ ਦਾ, ਇਹ ਮੋਟਰ ਮਾਊਥ, ਇੱਕ ਅੰਗਰੇਜ਼ੀ ਦਾ ਸ਼ਬਦ ਹੁੰਦਾ ਮੋਟਰ ਮਾਊਥ, ਸਮਝਦੇ ਤੁਸੀਂ ਕੀ ਹੁੰਦਾ, ਜਿਹੜਾ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ, ਇਹ ਰਾਤ ਸੁੱਤੇ ਪਏ ਵੀ ਬੋਲੀ ਜਾਂਦੇ ਆ, ਇਸ ਲਈ ਇਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਂ ਉਹਦੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਕਿਸੇ ਦੀ ਜ਼ਿੰਦਗੀ ਤੁਸੀਂ ਉਜਾੜਦੇ ਹੋ, ਕਿਸੇ ਦੇ ਪਰਿਵਾਰ ਤਬਾਹ ਕਰਦੇ ਹੋ, ਅਤੇ ਫਿਰ ਤੁਸੀਂ ਝੂਠ ਮਤਲਬ ਗੱਲਾਂ ਇਹੋ ਜਿਹੀਆਂ ਕਰੋ, ਕਿਸੇ ਨੂੰ ਗੋਦ ਲਏ ਨਾਲ ਉਹਨਾਂ ਦੇ ਮਾਪੇ ਉਹਨਾਂ ਨੂੰ ਮੁੜ ਜਾਣੇ ਜੀ, ਕਿਸੇ ਦੇ ਮਾਪੇ, ਹਰ ਬੰਦੇ ਨੂੰ ਆਪਦੇ ਮਾਪੇ ਪਿਆਰੇ, ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ, ਮਾਂ ਅਤੇ ਪਿਓ ਦਾ ਬਹੁਤ ਵੱਡਾ ਸਤਿਕਾਰ ਹੁੰਦਾ।